ਵਿੱਚ ਤੇ ਵੱਲ ਅੱਲਾ ਹੀ ਖੈਰ ਕਰੇ ਆਲਨ ਸੇ ਸਾਰੇ ਕੋਲ ਇਤਾ ਮਸ਼ਹੂਰ ਜਿਹੜਾ ਪਹਿਲਵਾਨ ਹੈ ਸਾਜਿਦ ਬਲੋਚ ਹੈ ਹਾਂ ਸੁਣਾ ਹੈ ਸਹੀ ਹੈ ਅੱਛਾ ਸਾਜਿਦ ਬਲੋਚ ਦੀ ਕੋਈ ਕੁਸ਼ਤੀ ਸ਼ੁਸ਼ਤੀ ਨਹੀਂ ਹੈ ਨਹੀਂ ਨਹੀਂ ਮੈਂ ਪਹਿਲ ਦੋਰੇ ਦਾ ਮਿਆ ਬਵਲ ਮੈਂ ਕੋਈ ਇਤਬਾਰੀ ਕਹਿ ਨਹੀਂ ਆ ਹਟ ਓਏ ਹਟ ਓਏ ਹਾਂ ਤੇਰੀ ਖੈਰ ਹੋਵੇ ਘੋੜਿਆ ਲਿਆ ਲੱਤਾਂ ਤੇ ਨਾ ਕਰੀਸਾਂ ਕੌਣ ਕਰੇ ਆ ਸੋਣਾ ਲਗੇ ਹਿੰਮਤ ਤੇਰੀ ਤੇਰੀ ਖੈਰ ਹੋਵੇ ਮੇਰੇ ਕੋਲ ਬਹੁਤ ਅੱਛਾ ਮਹਿਸੂਸ ਸੀ ਨਾ ਪਈ ਕਿਸਾਂ ਉਹਦੀ ਦੇਖ ਸੋ ਜਿਹੜੇ ਦੇ ਤੇ ਬੈਠਣਾ ਵਾਂ ਇਹ ਦੇਖ ਸੀ ਤੇ ਜਿਹੜੇ ਚੁੱਪ ਰੁੱਤ ਨੂੰ ਫੈਨ ਨੇ ਉਹ ਦੇਖ ਆ ਸ਼ਾਬਾਸ਼ ਹੀ ਇਹ ਲਾਲਾ ਕੁਝ ਕਰੂ ਹੈ ਦੱਸੋ ਸਹੀ ਕੀ ਕਰਦੇ ਏ ਜਨਾਬ ਸਾਡੇ ਚਾਚੇ ਲਤੀਫ ਪਹਿਲਵਾਨ ਸਾਹਿਬ ਬਹੁ ਕੁਸ਼ਤੀਆਂ ਲੜਦੇ ਰਹਿ ਗਏ ਲੇਕਿਨ ਹੁਣ ਕੁਸ਼ਤੀ ਛੋੜ ਚੁੱਕੇ ਨੇ ਇਹੀ ਟਾਈਮ ਸਾਡੇ ਚਾਚੇ ਲਤੀਫ ਸਾਹਿਬ ਕੁੱਕੀ ਪਹਿਲਵਾਨ ਭਾਈ ਅੱਲਾ ਦਿੱਤਾ ਸਾਹਿਬ ਸਬਜ਼ ਮੰਡੀ ਦੇ ਬੜੇ ਕਾਰਨਾਮੇ ਅਤੇ ਬੜੇ ਸਰ ਅੰਜਾਮ ਦਿੰਦੇ ਪਏ ਨੀ ਟਾਈਮ ਸ਼ੁਜਾਬਾਦ ਦੇ ਬੜੇ ਨਾਮਵਾਰ ਚਾਚਾ ਲਤੀਫ ਪਹਿਲਵਾਨ ਔਰ ਰਾਣਾ ਜਵਾਰ ਜੱਖੜ ਸਾਹਿਬ ਪਿੰਡ ਦੇ ਵਿੱਚ ਮੌਜੂਦ ਹਨ ਇਹਨਾਂ ਦੀ ਮੌਜੂਦਗੀ ਦੇ ਨਾਲ ਬਰਾਬਰ ਹੈ ਮੁਕਾਬਲਾ ਸਖਤ ਭਾਈ ਅਗਲਾ ਬੰਦਾ ਚੌਥਾ ਬਾਦ ਕੇ ਆਵੇ ਮੇਰੇ ਕੋ ਜ਼ਰਾ ਦੱਸੋ ਇਹ ਚੌਥਾ ਹੁੰਦਾ ਕਿ ਹੈ ਯਾਰ ਜਨਾਬ ਇਹ ਇੱਕ ਛੋਟਾ ਜਿਹਾ ਲਿਬਾਸ ਹੁੰਦੇ ਤਾਂ ਕਿ ਇਹ ਛੋਟਾ ਜਿਹਾ ਲਿਬਾਸ ਇੰਗਲੋ ਪਵੇਨ ਤਾਂ ਕਿ ਵੱਡੇ ਕੱਪੜੇ ਇਹ ਲੜਾਈ ਝਗੜਾ ਇਹ ਕਿਸਮ ਦੀ ਕਿ ਬਾਹਰ ਵਾਲਿਆਂ ਕੋ ਇਹੋ ਪਤਾ ਚੱਲਦਾ ਪਿਆ ਹੁੰਦਾ ਕਿ ਆਪਾਂ ਦੇ ਲੜਦੇ ਪਏ ਜਨਾਬ ਇਹ ਇੱਕ ਉਹਨਾਂ ਦਾ ਇੱਕ ਤਰੀਕਾਕਾਰ ਹੁੰਦੇ ਕੁਸ਼ਤੀ ਦਾ ਇੱਕ ਬੇ ਦਾ ਜ਼ੋਰ ਹਮ ਦਿੰਦੇ ਪਏ ਉਹਨਾਂ ਔਰ ਉਹਨਾਂ ਕੋਲ ਬਾਅਦ ਜਿਹਦੀ ਕੰਢ ਲੱਗ ਪੈਂਦੀ ਉਹ ਪਹਿਲਵਾਨ ਜਨਾਬ ਹਾਰ ਪੈਂਦੇ ਔਰ ਇਹ ਮੇਜ਼ਬਾਨ ਕਮੇਟੀ ਉਹਨਾਂ ਕੋਈ ਇਤਲਾਹ ਦਿੰਦੀ ਪਈ ਹੈ ਕਿ ਦੋਸਤੋ ਪਹਿਲਾ ਹਾਲੀ ਕੁਸ਼ਤੀ ਦਾ ਜਿਹੜਾ ਤਿਆਰ ਹੈ ਦੋਵੇਂ ਪਹਿਲਵਾਨ ਬੜੇ ਜੋਸ਼ ਖਰੋਸ਼ ਨਾਲ ਇੱਕ ਬੇਕੂ ਦਾਅ ਮਰਿੰਦੇ ਆ ਡਿਦੇ ਮੈਦਾਨ ਕਿਹੜਾ ਮਰਿੰਦੇ ਅੱਜ ਕਿ ਪੱਟੀ ਵਾਲਾ ਪਹਿਲਵਾਨ ਦਾਅ ਹੁੰਦਾ ਮਰਿੰਦਾ ਪਿਆ ਲੇਕਿਨ ਬਸ ਛੋਟਾ ਛੋਟਾ ਵਾ ਥੀ ਗਿਆ ਦੇਖੋ ਜਨਾਬ ਮੇਰੇ ਕੋਲ ਲੱਗਦੇ ਇਹਨਾਂ ਦਾ ਲੜਨ ਦਾ ਮੂਡ ਗਿਆ ਨਹੀਂ ਲੇਕਿਨ ਮੂਡ ਹੈ ਲੇਕਿਨ ਥੋੜ੍ਹਾ ਜਿਹਾ ਨਾ ਪੰਖੋ ਰਾਇ ਖੜੇ ਅੱਲਾ ਤੇ ਮੈਨੂੰ ਤੱਪੇ ਛੇ ਇਹਨਾਂ ਕੋ ਠੱਡਾ ਥੀ ਵੰਡੇ ਵੱਲ ਲੇ ਲਾਲੇ ਮੇਰਾ ਜੀ ਸਿਮਾਲ ਨਿਕਲ ਰਹਾ ਹਾਂ ਕੀ ਬਾਤ ਹੈ ਜਨਾਬ ਆਹ ਉਹ ਤੇਰੀ ਖੈਰ ਉਹ ਤੇਰੀ ਖੈਰ ਖੈਰ ਹੋਵੇ ਜਨਾਬ ਪੱਟੀ ਵਾਲੇ ਪਹਿਲਵਾਨ ਦਾ ਦਾ ਮਾਰੇ ਲੇਕਿਨ ਪਰਲਾ ਪਹਿਲਵਾਨ ਹੀ ਕੰਮ ਕਹਿਣਾ ਹੀ ਉਹ ਦਾ ਛੁੜਵਾ ਕੇ ਜਨਾਬ ਦੁਬਾਰਾ ਪੱਟੀ ਲਾ ਕੇ ਛੁੱਟ ਛੁੱਟਾ ਵਾ ਦੇਗੀ ਜਨਾਬ ਦੇਖੋ ਹੁਣ ਦੁਬਾਰਾ ਇੱਕ ਵੇਖੋ ਮਿੱਟੀ ਲਾ ਕੇ ਵਾਲ ਆਉਂਦੇ ਪੈਣ ਬਾਈ ਹਾਂ ਬਾਈ ਹੁਣ ਮੈਂ ਤੇ ਉੱਡੇ ਦਾਂ ਤੇਰੇ ਕਿਤਨੇ ਤੱਪੜੇ ਮੇਰਾ ਵੀਰਾ ਅੱਲਾ ਵਾਸਤੇ ਉੱਡੀ ਮੈਂ ਤੇ ਉੱਪਰ ਲੈ ਆ ਕੇ ਉੱਠੀ ਵਾਂ ਲਾ ਇਹ ਤੋਂ ਉੱਠੀ ਵਾਂ ਪਰਾਂ ਵਾਂ ਕੇ ਬਾਈ ਇਹ ਤੋਂ ਇੱਥਾ ਸਾਰ ਨਾਲ ਲੰਬਾ ਦੋਸਤੋ ਦੁਬਾਰਾ ਛੁੱਟ ਛੁੱਟਾ ਵਾ ਥੀ ਗਿਆ ਹੁਣ ਵਾਲ ਪੱਟੀ ਵਾਲਾ ਪਹਿਲਵਾਨ ਦੁਬਾਰਾ ਇੱਕ ਦਫਾ ਆਪਣਾ ਦਾਅ ਮਰਨਾ ਪਏ ਆਪਣੇ ਉਸਤਾਦ ਜਿਹੜਾ ਇੱਕ ਉਹ ਦਾਅ ਸਿਖਾਇਆ ਉਹ ਦੁਬਾਰਾ ਦਾਅ ਮਰਨਾ ਪਏ ਦੇਖੋ ਕਿਆ ਬਣਦੇ ਹੱਥਾਂ 'ਚ ਹੱਥ ਪੈਂਦੇ ਪਏ ਲੇਕਿਨ ਪਹਿਲਵਾਨ ਵੱਲ ਹੱਥ ਛੁੜਵਾ ਕਹਿੰਦਾ ਪਏ ਦੇਖੋ ਪੱਟੀ ਵਾਲਾ ਪਹਿਲਵਾਨ ਇਹ ਦਾਅ ਮਰਨਾ ਪਿਆ ਇਹ ਆਹਾ ਕਿਆ ਬਾਤ ਹੈ ਜਨਾਬ ਦੁਬਾਰਾ ਛੋਟ ਛੋਟਾ ਵਧੇ ਕੇ ਭੁੱਗੜ ਜ਼ਿਆਦਾ ਦਾ ਪਏ ਲੱਗਦੇ ਦੇ ਹੱਥ ਦਾ ਉਂਗਲੀ ਦਾ ਦਰਦ ਨਿਕਲ ਗਏ ਇੰਤਜ਼ਾਮੀਆ ਕਮੇਟੀ ਹੱਥ ਇੰਟਰੋ ਕਰਨੀ ਸਮਝ ਨਹੀਂ ਆ ਗਈ ਕਿੰਨੀ ਦੇਰ ਜਵਾਬ ਕੰਮ ਸੀ ਵਜੇ
महीना सी गए महीना कह रहा था सी जुती लहा क्या मैं लड्डू चंडा माने नहीं मुंह बनी जैसे चल निंदर काम कर मैं तेरे को कुछ कहने आता ਕਦਾਰਾ ਕੀ ਬਸ ਕੀ ਕੋ ਹੋਵਾ ਬਸ ਮਾਰੇ